ਖਬਰਾਂ ਦੇ ਇਸ ਬੁਲਟਿਨ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਨੂੰ ਪਹਿਲਾ ਪੇਸ਼ਨੀ ਛੋਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਪਹਿਲਾ ਅਤੇ ਹਮੇਸ਼ਾ ਪਹਿਲਾ ਦੇ ਮੰਤਰ ਨਾਲ ਦੇਸ਼ ਨੂੰ ਅੱਗੇ ਲਿਜਾਣ ਦੀ ਕੀਤੀ ਅਪੀਲ ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਛੱਡੋ ਅੰਦੋਲਨ ਦੀ ਤਰਜ਼ ਤੇ ਹਰ ਇੱਕ ਦੇਸ਼ ਵਾਸੀ ਨੂੰ ਭਾਰਤ ਜੋੜੋ ਅੰਦੋਲਨ ਦੀ ਗੁਆਇ ਕਰਨ ਲਈ ਆਖਿਆ ਉਹਨਾਂ ਨੇ ਨਾਗਰਿਕਾਂ ਨੂੰ ਟੋਕੀਓ 올림픽ਸ ਵਿੱਚ ਭਾਰਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਅੱਗੇ ਆਉਣ ਲਈ ਆਖਿਆ ਭਾਰਤੀ ਫੌਜ ਜਲ ਸੈਨਾ ਅਤੇ ਹਵਾਈ ਸੈਨਾ ਵੱਲੋਂ ਮਹਾਰਾਸ਼ਟਰ ਕਰਨਾਟਕ ਅਤੇ ਗੁਆਹ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਤੇ ਬਚਾਅ ਕੰਮ ਜ਼ੋਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਨੌਰ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਦੌਰਾਨ ਮਾਰੇ ਗਏ 9 ਸੈਲਾਨੀਆਂ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ 2-2 ਲੱਖ ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ। ਓਲੰਪਿਕਸ ਦੇ ਅੱਜ ਤੀਜੇ ਦਿਨ ਤਲਵਾਰਵਾਜ਼ੀ ਵਿੱਚ ਭਵਾਨੀ ਦੇਵੀ ਨੇ ਅਜੀਜ਼ੀ ਨਾਦੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5-15 13 ਨਾਲ ਹਰਾ ਦਿੱਤਾ ਮੁਕੇਬਾਸ ਅਮਰੀਕਾਮ ਪ੍ਰੀ ਕੁਆਟਰਫਾਈਨਲ ਵਿੱਚ ਪਹੁੰਚੀ ਪੀਵੀ ਸਿੰਧੂ ਵੱਲੋਂ ਬੈਡਮਿੰਟਨ ਸਿੰਗਲਸ ਵਿੱਚ ਸ਼ਾਨਦਾਰ ਸ਼ੁਰੂਆਤ ਟੇਬਲ ਟੈਨਿਸ ਦੇ ਮਹਿਲਾ ਸਿੰਗਲਸ ਵਿੱਚ ਮਨਿਕਾ ਬਤਰਾ ਤੀਸਰੇ ਦੌਰ ਵਿੱਚ ਪਹੁੰਚੀ ਮਰਦਾਂ ਦੇ ਸਿੰਗਲਸ ਵਿੱਚ ਜੀ ਸਾਖੀਅਨ ਦੂਸਰੇ ਮੈਚ ਵਿੱਚ ਹਾਰ ਤੋਂ ਬਾਅਦ ਬਾਹਰ ਇਹਨ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤ ਮਹਾਉਤਸਵ ਦੇ ਮੌਕੇ ਤੇ ਦੇਸ਼ਵਾਸੀਆਂ ਨੂੰ ਅੰਮ੍ਰਿਤ ਸੰਕਲਪ ਲੈਣ ਦੀ ਅਪੀਲ ਕੀਤੀ ਹੈ। ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਬੋਲਦਿਆਂ ਮੋਦੀ ਨੇ ਕਿਹਾ ਏ ਸਾਨੂੰ ਰਾਸ਼ਟਰ ਪਹਿਲਾਂ ਅਤੇ ਹਮੇਸ਼ਾ ਪਹਿਲਾਂ ਰੱਖ ਕੇ ਇਸ ਮੰਤਰ ਤੇ ਅੱਗੇ ਵਧਣਾ ਹੋਵੇਗਾ। ਅੱਜ ਮਨਾਏ ਜਾਣ ਵਾਲੇ ਕਾਰਗਿਲ ਵਿਜੇ ਦਿਵਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਰਗਿਲ ਦੀ ਜੰਗ ਭਾਰਤ ਦੀਆਂ ਫੌਜਾਂ ਦੀ ਵੀਰਤਾ ਅਤੇ ਹੌਂਸਲੇ ਦਾ ਅਜੀਹਾ ਪ੍ਰਤੀਕ ਹੈ ਜਿਸ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਈਮਾਨ ਵਾਲਾ ਦਿਨ अमृत महोत्सव के दरमियान मनाया जाएगा जिस करके होर भी खास हो जाता है प्रधानमंत्री ने कहा है कि सानू कारगिल जंग दाथाव पढ़न चाहिए ने। का युद्ध भारत की सेनाओं के शौर्य और संयम का ऐसा प्रतीक है जिसे पूरी दुनिया ने देखा है इस बार ये गौरवशाली दिवस भी अमृत महोत्सव के बीच में मनाया जाएगा इसलिए ਇਹ aur bhi khaas ho jata hai ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਵਾਰ 15 ਅਗਸਤ ਨੂੰ ਦੇਸ਼ ਆਜ਼ਾਦੀ ਦੇ 75ਵੇਂ ਸਾਲ ਵਿੱਚ ਦਾਖਲ ਹੋਣ ਜਾ ਰਿਹਾ ਹੈ ਅਤੇ ਸਾਡੇ ਸਾਰਿਆਂ ਲਈ ਇਹ ਭਾਗਾ ਵਾਲੀ ਗੱਲ ਹੈ ਕਿ ਜਿਸ ਦੇਸ਼ ਨੇ ਸਦੀਆਂ ਤੱਕ ਆਜ਼ਾਦੀ ਦੀ ਉਡੀਕ ਕੀਤੀ ਉਸ ਦੇ 75 ਬਰੇ ਪੂਰੇ ਹੋਣ ਦੇ ਅਸੀਂ ਗਵਾਹ ਬਣ ਰਹੇ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਹਾਉਤਸਵ ਦੀ ਸ਼ੁਰੂਆਤ 12 ਮਾਰਚ ਨੂੰ ਮਹਾਤਮਾ ਗਾਂਧੀ ਜੀ ਦੇ ਸਾਬਰਮਤੀ ਆਸ਼ਰਮ ਤੋਂ ਕੀਤੀ ਗਈ ਸੀ ਉਦੋਂ ਤੋਂ ਲੈ ਕੇ ਦੇਸ਼ ਭਰ ਦੇ ਕਈ ਹਿੱਸਿਆਂ ਵਿੱਚ ਅੰਮ੍ਰਿਤ ਮਹਾਉਤਸਵ ਨਾਲ ਜੁੜੇ ਪ੍ਰੋਗਰਾਮ ਚੱਲ ਰਹੇ ਨੇ मार्च को बापू के साबरमती आश्रम से अमृत महोत्सव की शुरुआत हुई थी इसी दिन बापू की दांडी यात्रा को भी पुनर्जीवित किया गया था तब से जम्मू कश्मीर से लेकर पुडुचेरी तक गुजरात से लेकर पूर्वोत्तर तक देश भर में अमृत महोत्सव से जुड़े कार्यक्रम चल रहे हैं ਮੰਤਰੀ ਨੇ ਕਿਹਾ ਕਿ ਇਹ ਉਤਸਵ ਕਿਸੇ ਸਰਕਾਰ ਦਾ ਪ੍ਰੋਗਰਾਮ ਨਹੀਂ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਦਾ ਪ੍ਰੋਗਰਾਮ ਹੈ ਬਲਕਿ ਕਰੋੜਾਂ ਭਾਰਤ ਵਾਸੀਆਂ ਦਾ ਸਾਂਝਾ ਪ੍ਰੋਗਰਾਮ ਹੈ ਪਰਧਾਮੰਤੂ ਨੇ ਕਿਹਾ ਹੈ ਕਿ ਜਲ ਸੰਭਾਲ ਦਾ ਮੁੱਦਾ ਬੇਹਦ ਮਹੱਤਵਪੂਰਨ ਹੈ ਕਈ ਥਾਈ ਲੋਕ ਮੀਂਹ ਦੀ ਇੱਕ ਇੱਕ ਬੂੰਦ ਨੂੰ ਤਰਸਦੇ ਸੀ ਅਤੇ ਇਸ ਲਈ ਪਾਣੀ ਦੀ ਸੰਭਾਲ ਸਾਡੇ ਸੰਸਕਾਰਾਂ ਦਾ ਹਿੱਸਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਜਨ ਪਾਗੇਦਾਰੀ ਨਾਲ ਜਲ ਸੰਭਾਲ ਨੇ ਉਦੋਂ ਦੀ ਤਸਵੀਰ ਉਥੋਂ ਤਸਵੀਰ ਬਦਲ ਦਿੱਤੀ ਹੈ ਪਰਧਾਮੰਤੂ ਨੇ ਕਿਹਾ ਹੈ ਕਿ ਪਾਣੀ ਦੀ ਇੱਕ ਇੱਕ ਬੂੰਦ ਨੂੰ ਬਚਾਉਣਾ ਪਾਣੀ ਦੀ ਬਰਬਾਦੀ ਨੂੰ ਰੋਕਣਾ ਇਹ ਸਾਡੇ ਜੀਵਨ ਜਾਗਤਾ ਹਿੱਸਾ ਬਣਨਾ ਚਾਹੀਦਾ ਹੈ ਇੱਕ ਬੂੰਦ ਕੋ ਬਚਾਣਾ पानी की किसी भी प्रकार की बर्बादी को रोकना यह हमारी जीवन शैली का एक सहज हिस्सा बन जाना चाहिए हमारे परिवारों की ऐसी परंपरा बन जानी चाहिए जिससे हर एक सदस्य को गर्व हो ਪ੍ਰਧਾਨ ਮੰਤਰੀ ਨੇ ਕੌਮੀ ਹੱਥਖੱਡੀ ਦਿਵਸ ਦਾ ਜ਼ਿਕਰ ਕਰਦਿਆ ਕਿਹਾ ਹੈ ਅਸੀਂ ਵੋਕਲ ਫਾਰ ਲੋਕਲ ਜੀਆਂ ਮੁਹਿੰਮਾਂ ਰਾਹੀਂ ਆਪਣਾ ਰੋਜ਼ਾਨਾ ਦਾ ਕੰਮਕਾਰ ਕਰਦੇ ਰਾਸ਼ਟਰ ਨਿਰਮਾਣ ਵਿੱਚ ਭਾਗੀਦਾਰ ਬਣ ਸਕਦੇ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਦਿਸ਼ਾ ਵਿੱਚ ਕੀਤੇ ਗਏ ਛੋਟੇ-ਛੋਟੇ ਯਤਨ ਵੱਡੇ ਨਤੀਜੇ ਲਿਆ ਸਕਦੇ ਨੇ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸਥਾਨਕ ਉਦਮੀਆਂ ਸ਼ਿਲਪਕਾਰਾਂ ਅਤੇ ਬੁਣਕਰਾਂ ਨੂੰ ਸਹਿਯੋਗ ਦੇਣ ਲਈ ਕਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਾਡੇ ਦੇਸ਼ ਦੇ ਪਿੰਡੂ ਅਤੇ ਕਬਾਈਲੀ ਇਲਾਕਿਆਂ ਵਿੱਚ ਹੱਥਖੱਡੀ ਕਮਾਈ ਦਾ ਬਹੁਤ ਵੱਡਾ ਸਾਧਨ ਹੈ ਇਸ ਖੇਤਰ ਨਾਲ ਲੱਖਾਂ ਮਹਿਲਾਵਾਂ ਬੁਣਕਰ ਅਤੇ ਸ਼ਿਲਪਕਾਰ ਜੁੜੇ ਹੋਏ ਨੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਾਡੇ ਵੱਲੋਂ ਕੀਤੇ ਗਏ ਯਤਨ ਇਹਨਾਂ ਲੋਕਾਂ ਵਿੱਚ ਨਵੀਂ ਉਮੀਦ ਜਗਾਉਣਗੇ ਖਾਦੀ ਨੂੰ ਖਰੀਦਣ ਦੀ اپیل ਕਰਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਲੋਕ ਸੇਵਾ ਵੀ ਹੈ ਅਤੇ ਦੇਸ਼ ਸੇਵਾ ਵੀ ਉਹਨਾਂ ਨੇ ਕਿਹਾ ਹੈ ਕਿ ਸਾਡਾ ਇਹ ਫਰਜ਼ ਬੰਦਾ ਹੈ ਕਿ ਪਿੰਡਾਂ ਪਰੇ ਇਸ ਦੇਸ਼ ਨੂੰ ਇੱਕਜੁੱਟ ਰੱਖਣ ਲਈ ਕੰਮ ਕਰੀਏ ਇਸੇ ਦਿਨ 1905 ਮੈਂ ਸਵਦੇਸ਼ੀ ਆંદੋਲਨ ਦੀ ਸ਼ੁਰੂਆਤ ਹੋਈ ਸੀ ਸਾਥੀਓ हमारे देश के ग्रामीण और आदिवासी इलाकों में हैंडलूम कमाई का बहुत बड़ा साधन है ये ऐसा क्षेत्र जिससे लाखों महिलाएं लाखों बुनकर लाखों शिल्पी जुड़े हुए हैं आपके छोटे छोटे प्रयास बुनकरों में एक नई उम्मीद जगाएंगे प्रधानमंत्री ने टोक्यो ओलंपिक्स ले गए ਭਾਰਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਦੀ ਦੇਸ਼ਵਾਸੀਆਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਖਿਡਾਰੀ ਜੀਵਨ ਦੀਆਂ ਅਣਗਿਣਤ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਉੱਥੇ ਪਹੁੰਚੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦੇਸ਼ਵਾਸੀਆਂ ਦਾ ਪਿਆਰ ਅਤੇ ਸਹਿਯੋਗ ਇਨ੍ਹਾਂ ਖਿਡਾਰੀਆਂ ਦੀ ਤਾਕਤ ਹੈ। ਮੋਦੀ ਨੇ ਸੋਸ਼ਲ ਮੀਡੀਆ ਅਤੇ ਭਾਰਤੀ ਖਿਡਾਰੀਆਂ ਦੇ ਹੱਕ ਵਿੱਚ ਸ਼ੁਰੂ ਹੋਈ ਵਿਕਟਰੀ ਪੰਚ ਮੁਹਿੰਮ ਨਾਲ ਸਾਰਿਆਂ ਨੂੰ ਜੁੜਨ ਦੀ ਅਪੀਲ ਕੀਤੀ। ਇਹ ਖਿਡਾਰੀ ਜੀਵਨ ਦੀਆਂ ਅਨੇਕ ਚੁਣੌਤੀਆਂ ਕੋ ਪਾਰ ਕਰਤੇ ਹੋਏ ਇੱਥੇ ਪਹੁੰਚੇ ਹਨ। ਅਜੇ ਉਨ੍ਹਾਂ ਦੇ ਪਾਸ आपके प्यार और सपोर्ट की ताकत है इसलिए आइए मिलकर अपने सभी खिलाड़ियों को अपनी शुभकामनाएं उनका हौसला बढ़ाएं। सोशल मीडिया पर ओलंपिक खिलाड़ियों के सपोर्ट के लिए हमारा विक्टरी पंच कैंपेन अब शुरू हो चुका है आप भी अपनी टीम के साथ अपना विक्टरी पंच शेयर करिए इंडिया के लिए चीयर करिए ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮਨ ਕੀ ਬਾਤ ਪ੍ਰੋਗਰਾਮ ਦੀ ਅਸਲ ਤਾਕਤ ਲੋਕਾਂ ਵੱਲੋਂ ਭੇਜੇ ਗਏ ਸੁਝਾਅ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਸੁਝਾਅ ਮਨ ਕੀ ਬਾਤ ਰਾਹੀਂ ਦੇਸ਼ ਦੇ ਪਿੰਡਾਂ ਤੱਕ ਨੂੰ ਪ੍ਰਗਟ ਕਰਦੇ ਨੇ। ਉਹਨਾਂ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਵਿੱਚ ਨਾਗਰਿਕਾਂ ਵੱਲੋਂ ਕਈ ਤਰ੍ਹਾਂ ਦੇ ਵਿਚਾਰ ਭੇਜੇ ਜਾਂਦੇ ਨੇ ਪਰ ਸਾਰਿਆਂ ਤੇ ਚਰਚਾ ਕਰਨੀ ਸੰਭਵ ਨਹੀਂ ਹੋ ਪਾਉਂਦੀ ਪਰ ਫਿਰ ਵੀ 94 ਵਿਚਾਰ ਸਬੰਧਤ ਵਿਭਾਗਾਂ ਨੂੰ ਭੇਜੇ ਜਾਂਦੇ ਨੇ ਤਾਂ ਜੋ ਉਹਨਾਂ ਤੇ ਅੱਗੇ ਕੰਮ ਹੋ ਸਕੇ। ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਦੇ ਸੈਕਟਰ 29 ਵਿੱਚ ਫੂਡ ਸਟਾਲ ਚਲਾਉਣ ਵਾਲੇ ਸੰਜੇ ਰਾਣਾ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਕੋਵਿਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਮੁਫਤ ਵਿੱਚ ਵਿਅੰਜਨ ਖਵਾਉਣ ਦੀ ਪੇਸ਼ਕਸ਼ ਕੀਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀਆਂ ਉਦਾਹਰਣਾਂ ਇਹ ਦਰਸਾਉਂਦੀਆਂ ਨੇ ਕਿ ਅਸੀਂ ਆਪਣੇ ਕਾਰੋਬਾਰ ਦੇ ਨਾਂ ਨਾਲ ਇਸ ਢੰਗ ਨਾਲ ਵੀ ਸੇਵਾ ਕਰ ਸਕਦੇ ਹਾਂ ਇੱਕ ਦਿਨ ਉਨ੍ਹਾਂ ਦੀ ਬੇਟੀ ਰਿਧਿਮਾ ਅਤੇ ਭਤੀਜੀ ਰਿਆ ਇੱਕ ਆਈਡੀਆ ਦੇ ساتھ ਉਨ੍ਹਾਂ ਦੇ ਪਾਸ ਆਈ ਦੋਨੋਂ ਨੇ ਉਸੇ ਕੋਵਿਡ ਵੈਕਸੀਨ ਲਗਵਾਉਣ ਵਾਲੋਂ ਕੋ ਫ੍ਰੀ ਮੇ ਛੋਲੇ ਭਟੂਰੇ ਖਿਲਾਨੇ ਕੋ ਕਹਾ वे इसके लिए खुशी खुशी तैयार हो गए उन्होंने तुरंत ये अच्छा और नेक प्रयास शुरू भी कर दिया संजय राणा जी के छोले भटूरे मुफ्त में खाने के लिए आपको दिखाने पड़ेगा कि आपने उसी दिन वैक्सीन लगवाई है ਮਹਾਰਾਸ਼ਟਰ, ਕਰਨਾਟਕ ਅਤੇ ਗੋਆ ਵਿੱਚ ਆਏ ਹੜ੍ਹਾਂ ਦੌਰਾਨ ਹੋਏ ਜਾਨੀ ਤੇ ਮਾਲੀ ਨੁਕਸਾਨ ਨੂੰ ਘਟ ਕਰਨ ਦੇ ਲਈ ਲਗਾਤਾਰ 24 ਘੰਟੇ ਫੌਜ, ਨੇਵੀ ਤੇ 에ਅਰ ਫੋਰਸ ਬਚਾਅ ਦੇ ਕੰਮ ਵਿੱਚ ਲੱਗੀਆਂ ਹੋਈਆਂ ਨੇ। ਉਹ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਲਈ ਭੋਜਨ, ਪਾਣੀ ਤੇ ਮੈਡੀਕਲ ਰਾਤ ਮੁਹੱਈਆ ਕਰ ਰਹੇ ਨੇ। ਹੋਰ ਬਚਾਅ ਟੀਮਾਂ ਅਤੇ ਜਹਾਜ਼ਾਂ ਨੂੰ ਤਨਾਤੀ ਲਈ ਤਿਆਰ-ਬਰ-ਤਿਆਰ ਰੱਖਿਆ ਗਿਆ ਹੈ। ਤਿੰਨੋਂ ਸੈਨਾਵਾਂ, ਸਿਵਲ ਪ੍ਰਸ਼ਾਸਨ ਅਤੇ ਰਾਸ਼ਟਰੀ ਤੇ ਸੂਬਾ ਆਪਦਾ ਪ੍ਰਬੰਧਨ ਅਥਾਰਟੀਆ ਨਾਲ ਮਿਲ ਕੇ ਇਨ੍ਹਾਂ ਸੂਬਿਆਂ ਵਿੱਚ ਰਾਹਤ ਤੇ ਬਚਾਅ ਦੇ ਆਪਰੇਸ਼ਨਸ ਚਲਾ ਰਹੀਆਂ ਨੇ। ਮਹਾਰਾਸ਼ਟਰ ਦੇ ਸਾੰਗ कोलापुर ਤੇ ਸਭ ਤੋਂ ਪ੍ਰਭਾਵਿਤ ਰਤਨਾਗIRI ਜ਼ਿਲ੍ਹੇ ਵਿੱਚ ਫੌਜ ਨੇ ਰਾਹਤ ਅਤੇ ਮੈਡੀਕਲ ਟੀਮਾਂ ਨੂੰ ਤਾਇਨਾਤ ਕੀਤਾ ਹੈ ਇਸ ਵਿੱਚ ਭਾਰਤੀ ਫੌਜ ਦੀ ਟਾਸਕ ਫੋਰਸ ਜਿਨ੍ਹਾਂ ਵਿੱਚ ਫੌਜ ਇੰਜੀਨੀਅਰ ਅਤੇ ਕਮਿਊਨੀਕੇਸ਼ਨ ਨਾਲ ਸੰਬੰਧਿਤ ਫੌਜੀ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਿਨੌਰ ਦੀ ਸਾਗਲਾ ਘਾਟੀ ਵਿਖੇ ਬੇहद ਤੇਜ਼ ਬਾਰਿਸ਼ ਕਾਰਨ ਪਹਾੜ ਤੋਂ ਵੱਡੇ ਵੱਡੇ ਪੱਥਰ ਡਿੱਗਣ ਨਾਲ ਇੱਕ ਪੁਲ ਟੁੱਟ ਗਿਆ ਇਸ ਘਟਨਾ ਵਿੱਚ 9 ਸਲਾਨੀਆਂ ਦੀ ਮੌਤ ਹੋਣ ਦੀ ਖਬਰ ਹੈ ਅਤੇ 3 ਹੋਰ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਮ੍ਰਿਤਕਾਂ ਵਿੱਚ ਰਾਜਸਥਾਨ ਇਸ ਗੜ ਤੇ ਮਹਾਰਾਸ਼ਟਰ ਦੇ 8 ਜ਼ਿਲ੍ਹੇ ਸ਼ਾਮਲ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ किन्नौर ਜ਼ਿਲ੍ਹੇ ਵਿੱਚ ਧਰਤੀ ਖਿਸਕਣ ਅਤੇ ਪਹਾੜਾਂ ਤੋਂ ਡਿੱਗਣ ਕਾਰਨ ਮਾਰੇ ਗਏ ਲੋਕਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਪ੍ਰਸ਼ਾਸਨ ਨੂੰ ਫੌਰੀ ਰਾਹਤ ਅਤੇ ਬਚਾਅ ਆਪਰੇਸ਼ਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਅਤੇ ਪ੍ਰਭਾਵਿਤ ਲੋਕਾਂ ਨੂੰ ਫੌਰੀ ਤੌਰ ਤੇ ਰਾਹਤ ਦੇਣ ਲਈ ਆਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ किन्नੌਰ ਵਿੱਚ ਧਰਤੀ ਖਿਸਕਣ ਦੀ ਦੁਰਘਟਨਾ ਵਿੱਚ ਮਾਰੇ ਗਏ ਵਿਅਕਤੀਆਂ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਫੰਡ ਵਿੱਚੋਂ ਮਾਰੇ ਗਏ ਵਿਅਕਤੀਆਂ ਦੇ ਆਸ਼ਿਰਤਾਂ ਨੂੰ 2-2 ਲੱਖ ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਅਤੇ ਜ਼ਖਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ। ਦੇਸ਼ ਦੇ ਪਲੀਤ ਹੋ ਚੁਕੇ ਦਰਿਆਵਾਂ ਲਈ ਰਾ ਦਸੇਰਾ ਬਣੇ ਬਾਬੇ ਨਾਨਕ ਦੀ ਚਰਨ ਛੋਪਾ ਪਵਿੱਤਰ ਵਈ ਦੀ ਕਾਰ ਸੇਵਾ ਦੀ 1ਵੀਂ ਬਰੇਗਨ ਮੌਕੇ ਪੰਜਾਬ ਦੇ ਡੁੰਗੇ ਹੋ ਰਹੇ ਪਾਣੀਆਂ ਤੇ ਸੁੱਕ ਰਹੇ ਦਰਿਆਵਾਂ ਬਾਰੇ ਚਿੰਤਾ ਜ਼ਾਹਰ ਕੀਤੀ ਗਈ ਹੈ ਇਸ ਮੌਕੇ ਬੁਲਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਹੈ ਕਿ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਰਲ ਮਿਲ ਕੇ ਹੰਬਲਾ ਮਾਰਿਆ ਜਾਵੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ 21 ਸਾਲਾਂ ਦੀ ਕਾਰ ਸੇਵਾ ਵਿੱਚ ਸੰਗਤਾਂ ਵੱਲੋਂ ਪਾਏ ਗਏ ਨਿਸ਼ਕਾਮ ਯੋਗਦਾਨ ਦੀ ਸ਼ਲਾਗਾ ਕੀਤੀ। ਉਨ੍ਹਾਂ ਕਿਹਾ ਕਿ ਕਾਰ ਸੇਵਾ ਨੇ ਦੁਨੀਆ ਦੇ ਵਾਤਾਵਰਣ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ 21 ਸਾਲ ਵੀ ਜਾਂਦੇ باوجود ਵੀ ਪਵਿੱਤਰ ਵਹੀ ਵਿੱਚ ਗੰਦੇ ਪਾਣੀ ਪੈਣੋਂ ਬੰਦ ਨਹੀਂ ਹੋਏ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਰੋਖ ਲਾ ਕੇ ਭਰ ਦਿੱਤਾ ਜਾਵੇ। ਜਦੋਂ ਗੰਦੇ ਪਾਣੀ ਦਰਿਆਵਾਂ ਵਿੱਚ ਪਾਉਣੇ ਸ਼ੁਰੂ ਕੀਤੇ ਉਦੋਂ ਤੋਂ ਹੀ ਮਨੁੱਖ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਗਿਆ ਸੰਤ ਸੀਜੇਵਾਲ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਸਬਸਿਡੀ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਵਾਤਾਵਰਣ ਦਾ ਮੁੱਦਾ ਬਣਾਉਣ ਲੋਕ ਉਸ ਨੂੰ ਵੋਟਾਂ ਪਾਉਣ ਜਿਹੜੇ ਸਾਡੇ ਬੱਚਿਆਂ ਲਈ ਸਾਫ਼ ਸੁਥਰਾ ਹਵਾ ਤੇ ਪਾਣੀ ਦੇਣ ਕਰੋਨਾ ਦੀ ਦੂਜੀ ਲਹਿਰ ਦੌਰਾਨ ਲੋਕਾਂ ਨੂੰ ਬੜੇ ਮਹਿੰਗੇ ਭਾਅ ਤੇ ਆਕਸੀਜਨ ਸਿਲੰਡਰ ਖਰੀਦਣ ਲਈ ਮਜਬੂਰ ਹੋਣਾ ਪਿਆ ਇਸ ਕਰਕੇ ਵੱਧ ਤੋਂ ਵੱਧ ਰੁਖ ਲਾਏ ਜਾਣ ਤੇ ਹੁਣ ਖਬਰਾਂ ਟੋਕੀਓ 올림픽 ਤੋਂ ਤਾਜ਼ਾ ਖਬਰਾਂ ਅਨੁਸਾਰ 올림픽ਸ ਦੇ ਅੱਜ ਤੀਜੇ ਦਿਨ ਤਲਵਾਰਬਾਜ਼ੀ ਵਿੱਚ ਭਵਾਨੀ ਦੇਵੀ ਨੇ ਅਜੀਜੀ ਨਾਦੀਆ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15-3 ਨਾਲ ਹਰਾ ਦਿੱਤਾ ਭਵਾਨੀ ਦਾ ਇਹ ਪਹਿਲਾ ਮੈਚ ਟਿਊਨੀਸ਼ੀਆ ਦੀ ਨਾਦੀਆ ਨਾਲ ਸੀ ਮਹਿਲਾ ਮੁਕਾਬਲੇ ਬਾਜ਼ ਵਿੱਚ ਫਲਾਈਂਗ weight ਸ਼੍ਰੇਣੀ ਵਿੱਚ ਭਾਰਤ ਦੀ ਐਮਸੀ ਮੈਰੀਕੋਮ ਨੇ ਪ੍ਰੀ ਕੁਆਟਰ ਵਿੱਚ ਜਗ੍ਹਾ ਬਣਾ ਲਈ ਹੈ 32 ਰਾਊਂਡ ਦੇ ਮੁਕਾਬਲੇ ਵਿੱਚ ਉਨ੍ਹਾਂ ਨੇ ਡੋਮੈਨਿਕ ਰਿਪਬਲਿਕ ਆਫ ਗਾਰਸੀਆ ਹਰ ਮੇਜ਼ ਨੂੰ 4-1 ਦੇ ਮੁਕਾਬਲੇ ਨਾਲ ਹਰਾ ਦਿੱਤਾ ਮਰਦਾਂ ਦੇ 57 ਤੋਂ 63 ਕਿਲੋਗ੍ਰam ਭਾਰ ਵਰਗ ਵਿੱਚ ਮੁਕੇ ਬਾਜ਼ ਮਨੀਸ਼ ਕੌਸ਼ਕ ਹਾਰ ਕੇ ਮੈਡਲ ਦੀ ਦੌੜ ਤੋਂ ਬਾਹਰ ਹੋ ਗਏ ਨੇ ਪੁਰਸ਼ ਹਾਕੀ ਦੇ ਪੂਲ A ਵਿੱਚ ਆਪਣੇ ਦੂਸਰੇ ਮੈਚ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆਸਟ੍ਰੇਲੀਆ ਨੇ ਭਾਰਤ ਨੂੰ 7-1 ਨਾਲ ਹਰਾ ਦਿੱਤਾ ਤਰੱਕੀ ਦੀ ਮਹਿਲਾਵਾਂ ਦੀ 100 ਮੀਟਰ ਬੈਕਸਟ੍ਰੋਕ ਵਿੱਚ ਮਾਨਾ ਪਟੇਲ ਮਰਦਾਂ ਦੀ 100 ਮੀਟਰ ਬੈਕਸਟ੍ਰੋਕ ਵਿੱਚ ਸ਼੍ਰੀ ਹਰ ਨਟਰਾਜ ਸੈਮੀਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੇ ਟੇਬਲ ਟੈਨਿਸ ਦੇ ਮਹਿਲਾ ਸਿੰਗਲਸ ਮਨਿਕਾ ਬਤਰਾ ਯੂਕਰੇਨ ਦੀ ਮਾਰਗਰੀਟਾ ਐ ਸੋਤਸਕਾ ਨੂੰ ਹਰਾ ਕੇ ਤੀਜੇ ਦੌਰ ਵਿੱਚ ਪਹੁੰਚ ਗਈ ਹੈ ਮਰਦਾਂ ਦੇ ਸਿੰਗਲਸ ਵਿੱਚ ਜੀ ਸਾਥੀਆਂ ਨੂੰ ਦੂਸਰੇ ਦੌਰ ਦੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ बैडमिंटਨ ਵਿੱਚ ਪੀ ਵੀ ਸਿੰਧੂ ਨੇ ਗਰੁੱਪ ਪੱਧਰ ਵਿੱਚ ਆਪਣਾ ਪਹਿਲਾ ਮੁਕਾਬਲਾ ਜਿੱਤ ਲਿਆ ਹੈ ਉਹਨਾਂ ਨੇ ਗਰੁੱਪ ਜੇ ਦੇ ਮੁਕਾਬਲੇ ਵਿੱਚ ਇਜ਼ਰਾਈਲ ਦੀ ਸੇਨੀਆ ਪੋਲੀਕਾਰਪੋਵਾ ਨੂੰ 21-7 21 ਦਸ ਦੇ ਸਿੱਧੇ ਸੈਟਾਂ ਵਿੱਚ ਮਾਦ ਦਿੱਤੀ ਗਰੁੱਪ ਪੱਧਰ ਮੁਕਾਬਲੇ ਵਿੱਚ ਸਿੰਧੂ ਦਾ ਅਗਲਾ ਮੁਕਾਬਲਾ ਹਾਂਗਕਾਂਗ ਦੀ ਚਿਓਂਗ ਨਗਾਨ ਨਾਲ ਹੋਵੇਗਾ ਸਕੀਟ ਕੁਆਲੀਫਿਕੇਸ਼ਨ ਦੇ ਤੀਸਰੇ ਦੌਰ ਦੇ ਬਾਅਦ ਨਿਸ਼ਾਨੇਬਾਜ਼ ਅੰਗਦ ਵੀਰ ਸਿੰਘ ਬਾਜਵਾ 11ਵੇਂ ਸਥਾਨ ਤੇ ਜਦਕਿ ਮਿਰਾਜ احمد ਖਾਨ 5ਵੇਂ ਸਥਾਨ ਤੇ ਰਹੇ ਦੋਨੋਂ ਨਿਸ਼ਾਨੇਬਾਜ਼ ਫਾਈਨਲ ਵੀ ਜਗ੍ਹਾ ਬੜਾਉਣ ਦੀ ਕੋਸ਼ਿਸ਼ ਵਿੱਚ ਨੇ ਦੋਨੋਂ ਖਿਡਾਰੀ ਹੁਣ ਕੁਆਲੀਫਾਈਂਗ ਦੀ ਆਪਣੀ ਅੰਤਿਮ ਦੋ ਸੀਰੀਜ਼ ਪੂਰੀਆਂ ਕਰਨਗੇ ਟੈਨਿਸ ਦੇ ਖੇਡੇ ਗਏ ਮਹਿਲਾਵਾਂ ਦੇ ਡਬਲਜ਼ ਵਰਗ ਦੇ ਮੈਚ ਵਿੱਚ ਭਾਰਤ ਦੀ ਸਾਨਿਆ ਮਿਰਜ਼ਾ ਅਤੇ ਅੰਕਿਤਾ ਰੈਣਾ ਦੀ ਜੋੜੀ ਯੂਕਰੇਨ ਦੀ ਨਾਦੀਆ ਅਤੇ ਲਿਊਡ ਮਾਇਲਾ ਦੀ ਜੋੜੀ ਹੱਥੋਂ ਹਾਰ ਕੇ ਮੁਕਾਬਲੇ ਵਿੱਚੋਂ ਬਾਹਰ ਹੋ ਗਈ ਹੈ ਟੋਕੀਓ 올림픽 ਵਿੱਚ ਅੱਜ ਹੋਣ ਵਾਲੇ ਵੱਖ-ਵੱਖ ਮੁਕਾਬਲੇ ਵਿੱਚ ਭਾਰਤੀ ਖਿਡਾਰੀ ਆਪਣਾ ਦਮਖਮ ਦਿਖਾਉਣਗੇ ਤੀਰ ਅੰਦਾਜ਼ੀ ਵਿੱਚ ਅਤੁਲ ਦਾਸ तरुणदीप राय ਅਤੇ ਪ੍ਰਵੀਨ ਯਾਦਵ ਮੈਡਲ ਜਿੱਤਣ ਲਈ ਆਪਣੀ ਪੂਰੀ ਵਾਰ ਲਗਾਉਣਗੇ ਟੈਨਿਸ ਵਿੱਚ ਸੁਮਿਤ ਨਾਗਲ ਦੂਸਰੇ ਦੌਰ ਦਾ ਮੁਕਾਬਲਾ ਖੇਡਣਗੇ ਟੇਬਲ ਟੈਨਿਸ ਵਿੱਚ ਮਹਿਲਾ ਸਿੰਗਲਸ ਵਿੱਚ ਸੂਰ ਤੀਰਥ ਮੁਖਰਜੀ ਦੂਜੇ ਦੌਰ ਦਾ ਮੈਚ ਖੇਡੇਗੀ ਜਦਕਿ ਮਨਿਕਾ ਬਤਰਾ ਤੀਸਰੇ ਦੌਰ ਦੇ ਮੁਕਾਬਲੇ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗੀ ਪੁਸ਼ ਡਬਲਸ ਬੈਡਮਿੰਟਨ ਵਿੱਚ ਸਾਤਵਿਕ ਸੈਰਾਜ ਰਿੱਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਦੂਸਰੇ ਦੌਰ ਦੇ ਮੈਚ ਲਈ ਬੈਡਮਿੰਟਨ ਕੋਰਟ ਵਿੱਚ ਉਤਰੇਗੀ ਬੁਲੇਟਿਨ ਦੇ ਅਖੀਰ ਵਿੱਚ ਛਣਮੀਆਂ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਿਤਾ ਅਤੇ ਹਮੇਸ਼ਾ ਪਹਿਲਾਂ ਦੇ ਮੰਤਨ ਨਾਲ ਦੇਸ਼ ਨੂੰ ਅੱਗੇ ਲਿਜਾਣ ਦੀ ਕੀਤੀ ਅਪੀਲ ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਛੱਡੋ ਅੰਦੋਲਨ ਦੀ ਤਰਜ਼ ਤੇ ਹਰ ਇੱਕ ਦੇਸ਼ ਵਾਸੀ ਨੂੰ ਭਾਰਤ ਜੋੜੋ ਅੰਦੋਲਨ ਦੀ ਅਗਵਾਈ ਕਰਨ ਲਈ ਆਖਿਆ ਉਹਨਾਂ ਨੇ ਨਾਗਰਿਕਾਂ ਨੂੰ ਟੋਕੀਓ 올림픽ਸ ਵਿੱਚ ਭਾਰਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਅੱਗੇ ਆਉਣ ਲਈ ਆਖਿਆ ਭਾਰਤੀ ਫੌਜ ਜਲ ਸੈਨਾ ਤੇ ਹਵਾਈ ਸੈਨਾ ਵੱਲੋਂ ਮਹਾਰਾਸ਼ਟਰ, ਕਰਨਾਟਕ ਅਤੇ ਬੋਆ ਵਿੱਚ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਰਾਹਤ ਤੇ ਬਚਾਅ ਕੰਮ ਜ਼ੋਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਨੌਰ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਦੌਰਾਨ ਮਾਰੇ ਗਏ 9 ਸਲਾਨੀਆਂ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਅਸ਼ਰਿਤਾਂ ਨੂੰ 2-2 ਲੱਖ ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਟੀਮ ਦਾ ਐਲਾਨ ਕੀਤਾ। ओलंपिक से आज तीसरे दिन तलवारबाज देवी ने अजीजी नादिया नु शानदार प्रदर्शन कर दिया 15-3 ਨਾਲ ਹਰਾ ਦਿੱਤਾ ਮੁਕੇ ਬਾਜ਼ ਮੈਰੀਕਮ ਪ੍ਰੀ ਕੁਆਟਰ ਫਾਈਨਲ ਵਿੱਚ ਪਹੁੰਚੀ ਪੀਵੀ ਸਿੰਧੂ ਵੱਲੋਂ ਬੈਡਮਿੰਟਨ ਸਿੰਗਲਸ ਵਿੱਚ ਸ਼ਾਨਦਾਰ ਸ਼ੁਰੂਆਤ ਟੇਬਲ ਟੈਨਿਸ ਦੇ ਮਹਿਲਾ ਸਿੰਗਲਸ ਵਿੱਚ ਮਨਿਕਾ ਬਤਰਾ ਤੀਸਰੇ ਦੌਰ ਵਿੱਚ ਪਹੁੰਚੀ ਮਰਦਾਂ ਦੇ ਸਿੰਗਲਸ ਵਿੱਚ ਜੀ ਸਾਥੀਆਂ ਦੂਸਰੇ ਮੈਚ ਵਿੱਚ ਹਾਰ ਤੋਂ ਬਾਅਦ ਬਾਹਰ ਇਸ ਦਿਨ ਦੀਆਂ ਖਬਰਾਂ ਬੋਲਣ ਖਤਮ ਹੁੰਦੇ ਆ ਅਗਿਆ ਤੋਂ ਨਮਸਕਾਰ